ਕੋਲੋਂ ਇੱਕ ਜਿਹਾ ਨਾ ਖਡੋਣਾ ਟੋਕਰੀ ਚੋਂ ਥੱਲੇ ਡਿੱਗ ਕੇ ਟੁੱਟ ਗਿਆ, ਡਿੱਗ ਪਿਆ ਤੇ ਅਸਲਾਮੁਅਲੈਕੁਮ। ਛੋਟੇ ਹੁੰਦੇ ਅਸੀਂ ਵੇਖਿਆ ਹੋਣਾ ਏ ਕਿ ਔਰਤਾਂ ਜਿਹੜੀਆਂ ਨੇ ਝੁੱਗੀਆਂ ਵਾਲੀਆਂ ਜਿਹੜੀਆਂ ਹਾਨਾ ਬਦੋਸ਼ ਹੁੰਦੀਆਂ ਨੇ, ਉਹ ਜਿਹੜੇ ਨਾ ਖਡੌਣੇ ਮਿੱਟੀ ਦੇ ਖਡੌਣੇ ਵੇਚਦੀਆਂ ਹੁੰਦੀਆਂ ਸਨ। ਠੀਕ ਹੈ, ਤੇ ਮੈਨੂੰ ਇੱਕ ਗੱਲ ਯਾਦ ਏ ਬਚਪਨ ਦੀ ਕਿ ਇੱਕ ਵਾਰੀ ਨਾ ਇੱਕ ਔਰਤ ਜਿਹੜੀ ਨਾ ਖਡੌਣੇ ਮਿੱਟੀ ਦੇ ਖਡੌਣੇ ਜਿਹੇ ਨਾ ਸਿਰ ਦੇ ਉੱਤੇ ਟੋਕਰੀ ਚੁੱਕ ਕੇ ਤੇ ਲੈ ਕੇ ਜਾ ਰਹੀ ਸੀ। ਠੀਕ ਹੈ, ਤੇ ਉਹਦੇ ਨਾ ਕੋਲੋਂ ਇੱਕ ਜਿਹਾ ਨਾ ਖਡੌਣਾ ਟੋਕਰੀ ਚੋਂ ਥੱਲੇ ਡਿੱਗ ਕੇ ਟੁੱਟ ਗਿਆ, ਡਿੱਗ ਪਿਆ ਤੇ ਡਿੱਗ ਕੇ ਤੇ ਅਸੀਂ ਵੇਖਿਆ ਉਹ ਟੁੱਟ ਗਿਆ। ਠੀਕ ਹੈ, ਤੇ ਅਸੀਂ ਯਾਦ ਛੋਟਿਆਂ ਦੇ ਬੱਚੇ ਹਾਂ, ਉਦੋਂ ਅਸੀਂ ਆਵਾਜ਼ ਮਾਰੀ ਆਂਟੀ ਜੀ ਤੁਹਾਡਾ ਖਡੌਣਾ ਜਿਹੜਾ ਨਾ ਉਹ ਡਿੱਗ ਪਿਆ ਜੇ, ਤੇ ਉਹਨੇ ਨਹੀਂ ਸਾਡੀ ਸੁਣੀ। ਠੀਕ ਹੈ, ਟੁੱਟ ਗਈ। ਅਗਲੇ ਦਿਨ ਹੋਇਆ ਆਈ ਤੇ ਜਾਂਦੇ ਹੀ ਸੀ ਤੇ ਮੈਂ ਪੁੱਛਿਆ ਆਂਟੀ ਜੀ ਤੁਹਾਡਾ ਕੱਲ੍ਹ ਖਡੌਣਾ ਡਿੱਗ ਗਿਆ ਤੇ ਟੁੱਟ ਗਿਆ, ਤੁਹਾਨੂੰ ਅਸੀਂ ਆਵਾਜ਼ਾਂ ਮਾਰੇ ਤੋਂ ਸੁਣਿਆ ਕੋਈ ਨਹੀਂ। ਤੇ ਉਹਨੇ ਮੈਨੂੰ ਹਲੇ ਤੱਕ ਯਾਦ ਹੈ, ਉਹਨੇ ਇੱਕ ਬੜੀ ਸੋਹਣੀ ਗੱਲ ਕਹੀ, ਕਹਿੰਦੀ ਹੈ ਪੁੱਤਰ ਅਗਰ ਉਹ ਖਡੌਣਾ ਤੇ ਜਿਹੜਾ ਡਿੱਗ ਗਿਆ ਉਹ ਟੁੱਟ ਗਿਆ। ਠੀਕ ਹੈ, ਹੁਣ ਮੈਂ ਪਿੱਛੇ ਵੇਖਦੀ, ਠੀਕ ਹੈ, ਪਿੱਛੇ ਵੇਖ ਕੇ ਜਿਹੜਾ ਨਾ ਫਿਰ ਉਸ ਤੋਂ ਬਾਅਦ ਆਪਣੀ ਟੋਕਰੀ ਸਿਰ 'ਤੇ ਲਾਂਦੀ। ਠੀਕ ਹੈ, ਕਿ ਹੋਰ ਤਾਂ ਨਹੀਂ ਕੋਈ ਹੋਰ ਤਾਂ ਵੇਖ ਅਤੇ ਹੋਰ ਤਾਂ ਨਹੀਂ ਡਿੱਗਿਆ। ਠੀਕ ਹੈ, ਪਹਿਲਾਂ ਮੇਰਾ ਟਾਈਮ ਦਾ ਹੋਣਾ ਸੀ, ਹੋਰ ਮੈਨੂੰ ਪਤਾ ਚੱਲ ਜੂ ਗਿਆ ਕਿ ਇਹ ਟੁੱਟ ਗਿਆ ਵੇ, ਅਤੇ ਉਹਦੇ ਵਾਸਤੇ ਖਲੋਣ ਦਾ ਕੀ ਫਾਇਦਾ। ਠੀਕ ਹੈ, ਅਤੇ ਕਹਿਣ ਦਾ ਮਕਸਦ ਇਹ ਵੇ ਕਿ ਸਾਡੀ ਜ਼ਿੰਦਗੀ ਵੀ ਇੱਕ ਇਹ ਚੀਜ਼ ਹੈ ਕਿ ਅਗਰ ਅਸੀਂ ਪਿੱਛੇ ਹੀ ਵੇਖਾਂਗੇ ਨਾ ਕਿ ਸਾਡੇ ਨਾਲ ਕੋਈ ਮੁਸ਼ਕਲ ਘੜੀ ਆ ਗਈ ਜਾਂ ਅਸੀਂ ਡਿੱਗ ਪਏ, ਅਤੇ ਅਸੀਂ ਡਿੱਗ ਕੇ ਹੁਣ ਡਿੱਗਿਆ ਹੀ ਰਹਿਣਾ, ਅਤੇ ਇਹਦਾ ਕੋਈ ਹੱਲ ਨਹੀਂ ਹੁੰਦਾ। ਠੀਕ ਹੈ, ਬਿਹਤਰ ਇਹ ਵੇ ਕਿ ਤੁਸੀਂ ਵੀ ਇਗਨੋਰ ਕਰੋ ਟੁੱਟੇ ਹੋਏ ਖਡੌਣੇ ਨੂੰ ਅਤੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਓ। ਠੀਕ ਹੈ, ਅੱਗੇ ਵੇਖੋ, ਪਿੱਛੇ ਨਾ ਵੇਖੋ। ਜਿਹੜੇ ਅਗਰ ਪਿੱਛੇ ਰਹਿ ਜਾਣਗੇ ਨਾ ਉਹ ਪਿੱਛੇ ਦਾ ਪਿੱਛੇ ਸੋਚ ਕੇ, ਲੇਕਿਨ ਉਸ ਚੀਜ਼ ਤੋਂ ਪਰਹੇਜ਼ ਕਰੋ ਕਿ ਤੁਹਾਡਾ ਅਗਰ ਉਹ ਔਰਤ ਕੋਲ ਖਡੌਣਾ ਡਿੱਗਿਆ ਸੀ ਨਾ, ਉਹਨੇ ਅੱਗੋਂ ਪਰਹੇਜ਼ ਕੀਤਾ ਕਿ ਕਿਵੇਂ ਡਿੱਗਿਆ ਹੈ, ਉਹਨੇ ਪੂਰਾ ਸੈੱਟ ਕਰਕੇ ਬਣਾਇਆ ਅਤੇ ਤਾਂ ਕਿ ਜਿਹੜਾ ਖਡੌਣੇ ਵੀ ਸੇਫ ਰਹਿਣ ਅਤੇ ਉਹ ਆਪਣਾ ਕੰਮ ਜਾਰੀ ਰੱਖੇ, ਸਫ਼ਰ ਜਾਰੀ ਰੱਖੇ। ਅਤੇ ਇਹ ਸਾਡੀ ਗੱਲ ਹੈ ਜ਼ਿੰਦਗੀ ਦੀ ਕਿ ਤੁਸੀਂ ਵੀ ਜਿਹੜਾ ਨਾ ਆਪਣੇ ਆਪ ਨੂੰ ਜਿਹੜਾ ਨਾ ਜਨਾਬ ਬਸ ਇਸ ਤਰ੍ਹਾਂ ਆਪਣੇ ਆਪ ਨੂੰ ਮਜ਼ਬੂਤ ਕਰੋ ਕਿ ਅਗਰ ਤੁਸੀਂ ਡਿੱਗਦੇ ਵੀ ਹੋ, ਠੀਕ ਹੈ, ਜਾਂ ਤੁਹਾਡੇ ਕੋਲ ਕੋਈ ਚੀਜ਼ ਡਿੱਗ ਪੈਂਦੀ ਹੈ, ਅਤੇ ਬਿਹਤਰ ਹੈ ਉਹਨੂੰ ਚੁੱਕਣ ਦੀ ਬਜਾਏ, ਠੀਕ ਹੈ, ਜਾਂ ਉਹਦੇ ਪਿੱਛੇ ਵੇਖਣ ਦੀ ਬਜਾਏ ਅੱਗੇ ਵਧੋ। ਠੀਕ ਹੈ, ਅਤੇ ਇਹ ਹੀ ਇੱਕ ਜ਼ਿੰਦਗੀ ਦਾ ਮਕਸਦ ਹੈ, ਅੱਗੇ ਵਧੋਗੇ। ਉਹ ਕਹਿੰਦੇ ਨਾ ਪਹਿਲਾਂ ਹੀ ਮੈਂ ਅੱਗੇ ਹੀ ਬੋਲਿਆ, ਚੱਲਣੇ ਵਾਲੇ ਨਿਕਲ ਗਏ, ਜੋ ਠਹਿਰੇ ਵੋ ਕੁਚਲ ਗਏ। ਠੀਕ ਹੈ ਜੀ, ਅਤੇ ਇਹ ਇੱਕ ਛੋਟਾ ਹਰਾ ਪੈਗਾਮ ਸੀ। ਖੁਸ਼ ਰਹੋ, ਹੱਸਦੇ ਵੱਸਦੇ ਰਹੋ, ਲੰਬੀਆਂ ਟਾਣਾਂ ਦੇ ਵਿੱਚ ਰਹੋ। ਠੀਕ ਹੈ, ਅੱਲਾ ਪਾਕ ਤੁਹਾਡੇ 'ਤੇ ਵੀ ਰਹਿਮਤ ਕਰੇ ਅਤੇ ਮੇਰੇ 'ਤੇ ਵੀ ਰਹਿਮਤ ਕਰੇ। ਪਾਕਿਸਤਾਨ ਜ਼ਿੰਦਾਬਾਦ।